ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਸਾਰਿਆਂ ਦਾ? ਯਾਰ ਉਮੀਦ ਹੈ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਸੇਫ ਹੋਵੋਗੇ। ਅਤੇ ਯਾਰ ਅੱਜ ਬਹੁਤ ਹੀ ਘੈਂਟ ਸ਼ੂਟ ਇੱਕ ਲੈ ਕੇ ਆਏ ਹਾਂ। ਤੁਹਾਡੀ ਸਾਰਿਆਂ ਦੀ ਬਹੁਤ ਡਿਮਾਂਡ ਸੀਗੀ ਕਿ ਯਾਰ ਟਰੈਕਟਰ ਮੋਡੀਫਿਕੇਸ਼ਨਸ ਦੇ ਉੱਪਰ ਇੱਕ ਵੀਡੀਓ ਲੈ ਕੇ ਆਓ, ਕੋਈ ਵਰਕਸ਼ਾਪ ਲੈ ਕੇ ਆਓ, ਇੱਕ ਬਹੁਤ ਵੱਡੀ ਵਰਕਸ਼ਾਪ ਲੈ ਕੇ ਆਏ ਤੁਹਾਡੇ ਲਈ, ਜਿਹਦੇ 'ਚ ਅੰਦਰ ਟਰੈਕਟਰ ਵਾੜਨਾ ਅਤੇ ਸਾਰਾ ਕੰਮ ਕੰਪਲੀਟ A to Z, ਪੂਰਾ A to Z ਤੁਸੀਂ ਟਰੈਕਟਰ ਦਾ ਕੰਮ ਇੱਥੇ ਆ ਕੇ ਕਰਾ ਸਕਦੇ ਹੋ। ਇੰਟੀਰੀਅਰ ਆਪਣਾ ਇੰਜਨ ਪਲੱਸ ਐਕਸਟੀਰੀਅਰ ਕੁਛ ਵੀ ਤਿਆਰ ਕਰਾਉਣਾ ਚਾਹੁੰਦੇ ਹੋ, ਫਾਈਬਰ ਹੁੱਡ ਤਿਆਰ ਕਰਾਉਣਾ ਚਾਹੁੰਦੇ ਹੋ, ਲਾਈਟਾਂ ਲਗਵਾਉਣਾ ਚਾਹੁੰਦੇ ਹੋ, ਵੇਟ ਲਗਵਾਉਣਾ ਚਾਹੁੰਦੇ ਹੋ, ਸਾਰਾ ਕੁਛ। ਵੀਡੀਓ ਸਟਾਰਟ ਕਰਦੇ ਹਾਂ। ਬੈਕ ਸਾਈਡ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਿੰਨੀ ਅੱਜ ਘੈਂਟ ਵੀਡੀਓ ਹੋਣ ਵਾਲੀ ਹੈ। ਜਲਦੀ ਜਲਦੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਬਹੁਤ ਸਾਰੇ ਸ਼ਾਰਟਸ ਵੀ ਨੇ ਜਿਹੜੇ ਤੁਹਾਡੇ ਲਈ ਲਿੱਤੇ ਗਏ ਆ ਵੀਡੀਓ ਦੇ ਵਿੱਚ, ਤੁਹਾਨੂੰ ਦੇਖਣ ਨੂੰ ਮਿਲਣਗੇ। ਅਤੇ ਜਲਦੀ ਜਲਦੀ ਕਰ ਦਿਓ ਸਬਸਕ੍ਰਾਈਬ, ਭੁੱਲਿਓ ਨਾ। ਅਤੇ ਚੱਲਦੇ ਹਾਂ ਅੰਦਰ, ਗੱਲਬਾਤ ਕਰਦੇ ਹਾਂ ਭਾਜੀ ਨਾਲ। ਅਤੇ ਵੀਰ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲੇ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਆਪਣੀ ਡਿਟੇਲ 'ਚ ਥੋੜ੍ਹੀ ਜਿਹੀ, ਕਿ ਕਦੋਂ ਤੋਂ ਆਪਾਂ ਸਾਰਾ ਪ੍ਰੋਜੈਕਟ ਚਾਲੂ ਕੀਤਾ ਅਤੇ ਕੀ ਆਪਾਂ ਪਾਰਟ ਕੀ ਕਿਸ ਤਰ੍ਹਾਂ ਦਾ ਮੋਡੀਫਿਕੇਸ਼ਨ ਕਰਦੇ ਹਾਂ? ਲਗਭਗ 93 ਤੋਂ ਅਸੀਂ ਇੱਥੇ ਟਰੈਕਟਰ ਸਸਰੀ ਦਾ ਕੰਮ ਸਟਾਰਟ ਕੀਤਾ ਸੀ। ਓਕੇ ਜੀ। ਹੁਣ 14-15 ਸਾਲ ਤੋਂ ਲਗਭਗ ਮੋਡੀਫਿਕੇਸ਼ਨ ਦਾ ਵੀ ਕੰਮ ਕਰ ਰਹੇ ਹਾਂ। ਹੋਰ ਲਗਭਗ ਆਲ ਇੰਡੀਆ ਦੇ ਵਿੱਚ ਜਿੰਨੇ ਵੀ ਟਰੈਕਟਰ ਰੈਡੀ ਹੁੰਦੇ ਆ, ਤਕਰੀਬਨ ਉਹਨਾਂ ਦਾ ਸਾਰਿਆਂ ਦਾ ਹੀ ਪਾਰਟ ਤਿਆਰ ਕਰਦੇ ਹਾਂ। ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਰੈਕਟਰ ਹੈ ਤੁਸੀਂ ਮੋਡੀਫਾਈ ਕਰ ਦਿਓਗੇ? ਕੁਛ ਵੀ, ਪੁਰਾਣੇ ਤੋਂ ਪੁਰਾਣਾ ਟਰੈਕਟਰ ਵੀ ਅਸੀਂ ਰੀਸਟੋਰ ਕਰਕੇ ਨਵਾਂ ਤਿਆਰ ਕਰ ਦਿੰਦੇ ਹਾਂ। ਆਪਣੇ ਵਰਕਸ਼ਾਪ 'ਚ ਮੈਂ ਥੋੜ੍ਹੀ ਜਿਹੀ ਜਾਣਕਾਰੀ ਡਿਟੇਲ 'ਚ ਲੈਣਾ ਚਾਹੁੰਦਾ ਵਾਂ ਕਿ ਹਰ ਤਰ੍ਹਾਂ ਦਾ ਪੇਂਟ ਜੋਬ ਵੀ ਅਤੇ ਇੰਜਨ ਦਾ ਵਰਕ ਵੀ ਕੀਤਾ ਜਾਂਦਾ? ਸਭ ਇੰਜਨ, ਪਾਵਰ ਸਟੀਅਰਿੰਗ, ਲੈਫਟ ਦਾ ਕੰਮ, ਡੈਂਟਿੰਗ, ਪੇਂਟਿੰਗ, A to Z। ਇਹ ਮਤਲਬ ਸਿਰਫ ਤੁਹਾਡੇ ਕੋਲ ਟਰੈਕਟਰ ਲੈ ਕੇ ਖੜਾ ਕਰਨਾ ਅਤੇ ਬਾਕੀ ਸਾਰਾ ਕੰਮ ਤੁਹਾਡੇ ਜਿੰਮੇ? ਖਾਲੀ ਸਾਨੂੰ ਉਹਦੀ ਬੋਡੀ ਚਾਹੀਦੀ ਹੈ, ਹੋਰ ਕੁਛ ਨਹੀਂ। ਅਤੇ ਇਹ ਭਾਜੀ ਵੱਲੋਂ ਇਨਫੋਰਮੇਸ਼ਨ ਹੈ ਅਤੇ ਕਾਫੀ ਟਰੈਕਟਰ, 3 ਕੁ ਟਰੈਕਟਰ ਖੜੇ ਵੀ ਨੇ। ਅਤੇ ਮੇਰੇ ਇੰਟਰਵਿਊ ਜਦੋਂ ਤੱਕ ਮੈਂ ਪਹੁੰਚਿਆ, ਮੈਂ ਸ਼ਾਇਦ ਥੋੜ੍ਹਾ ਜਿਹਾ ਲੇਟ ਸੀਗਾ, ਕਾਫੀ ਟਰੈਕਟਰ ਜਾ ਵੀ ਚੁੱਕੇ ਨੇ, ਬਟ ਕੁਛ ਟਰੈਕਟਰ ਖੜੇ ਨੇ ਜਿਹੜੀ ਉਹਦੀ ਆਪਾਂ ਡਿਟੇਲ 'ਚ ਗੱਲ ਕਰਾਂਗੇ। ਅਤੇ ਬਾਈ ਮੇਰਾ, ਬਾਈ ਆਪਣਾ ਨਾਮ? ਮੇਰਾ ਨਾਮ ਜੀ ਅਨਮੋਲ ਕੰਸੀ। ਅਤੇ ਵੀਰਾ, ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਜ਼ਿਆਦਾ ਦੇਗਾ ਟਰੈਕਟਰਾਂ ਬਾਰੇ। ਅਤੇ ਵੀਰੇ, ਆਪਾਂ ਚੱਲੀਏ ਵਰਕਸ਼ਾਪ ਵੱਲ ਜਿੱਥੇ ਟਰੈਕਟਰ ਮੋਡੀਫਾਈ ਹੁੰਦੇ ਨੇ। ਅਤੇ ਆਓ ਆਪਾਂ ਅੰਦਰ ਚੱਲਦੇ ਹਾਂ। ਅਤੇ ਵੀਰੇ ਕੋਲੋਂ ਆਪਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਇੱਥੇ ਦਾ ਐਡਰੈਸ ਅਤੇ ਇੱਕ ਵਾਰੀ ਫੋਨ ਨੰਬਰ ਵੀਰੇ ਰਿਪੀਟ ਕਰ ਦਿਓ ਕਿ ਮੇਰੇ ਦੋਸਤ ਜਾਂ ਯੂਟਿਊਬ ਫੈਮਿਲੀ ਮੈਂਬਰ ਜਿਹੜੇ ਤੁਹਾਡੇ ਤੱਕ ਪਹੁੰਚ ਸਕਣ, ਕਿੱਦਾਂ ਪਹੁੰਚ ਸਕਦੇ ਆ? ਬਬਲੂ ਕਲਸੀ, ਤਲਵੰਡੀ ਭਾਈ, ਡਿਸਟ੍ਰਿਕਟ ਫਿਰੋਜ਼ਪੁਰ, ਨੀਅਰ ਬੱਸ ਸਟੈਂਡ ਦੇ ਸਾਹਮਣੇ ਆਪਣੀ ਦੁਕਾਨ ਹੈ ਜੀ। ਆਪਣਾ ਯੂਟਿਊਬ 'ਤੇ ਵੀ ਚੈਨਲ ਹੈਗਾ ਬਬਲੂ ਕਲਸੀ, ਇੰਸਟਾਗ੍ਰਾਮ 'ਤੇ ਵੀ ਹੈਗਾ ਬਬਲੂ ਕਲਸੀ ਇੰਜੀਨੀਅਰ ਵਰਕਸ, ਤੁਸੀਂ ਸਾਨੂੰ ਇੰਸਟਾ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੇ ਕੋਂਟੈਕਟ ਹਰੇਕ ਥਾਂ ਦਿੱਤੇ ਹੋਏ, ਅਤੇ ਫਿਰ ਵੀ ਮੈਂ ਦੱਸ ਦਿੰਦਾ, 9811443150, 9814531250। ਅਤੇ ਵੀਰੇ ਨੇ ਤੁਹਾਨੂੰ ਆਪਣਾ ਇੰਸਟਾ ID ਵੀ ਦੱਸੀ ਹੈ, ਯੂਟਿਊਬ ਚੈਨਲ ਵੀ ਹੈ ਵੀਰੇ ਦਾ। ਮੈਂ ਤਾਂ ਅੱਜ ਦੇ ਆ ਜੋ 3 ਟਰੈਕਟਰ ਖੜੇ ਨੇ ਉਹ ਸ਼ੂਟ ਕਰ ਪਾਊਂਗਾ, ਬਟ ਵੀਰੇ ਦੇ ਚੈਨਲ 'ਤੇ ਜਾਓਗੇ ਤੁਸੀਂ ਤਾਂ ਤੁਹਾਨੂੰ ਡੇਲੀ ਅਪਡੇਟ ਮਿਲੂਗੀ ਕਿ ਉੱਥੇ ਕੀ ਕੰਮ ਭਾਜੀ, ਕਿਹੜਾ ਕਿਹੜਾ ਟਰੈਕਟਰ ਤਿਆਰ ਕਰ ਰਹੇ ਨੇ। ਅਤੇ ਕਾਫੀ ਓਲਡ ਸਕੂਲ ਟਰੈਕਟਰ ਵੀ ਭਾਜੀ ਨੇ ਤਿਆਰ ਕੀਤੇ ਨੇ। ਅਤੇ ਭਾਜੀ ਆਓ ਆਪਾਂ ਚੱਲਦੇ ਹਾਂ, ਅੱਜ ਦੀ ਡਿਟੇਲ ਆਪਾਂ ਥੋੜ੍ਹਾ ਜਿਹਾ ਦਿੰਦੇ ਹਾਂ। ਹੁਣ ਆਪਾਂ ਚੱਲਦੇ ਹਾਂ, ਜਿਹੜੇ ਇੱਥੇ ਮੇਨ 3 ਟਰੈਕਟਰ ਤਿਆਰ ਹੋ ਰਹੇ ਆ, ਇਹਨਾਂ ਵਿੱਚ 2 ਬਿਲਕੁਲ ਓਕੇ ਰਿਪੋਰਟ ਤਿਆਰ ਹੋ ਚੁੱਕੇ ਆ, 3 ਟੋਟਲ ਖੜੇ ਆ, 1 ਤਿਆਰ ਹੋ ਰਿਹਾ ਜਿਹਦਾ ਕੰਮ ਚੱਲ ਰਿਹਾ। ਲਾਈਵ ਤੁਸੀਂ ਦੇਖ ਸਕਦੇ ਹੋ, ਮੇਰੇ ਵੀਰ ਲੱਗੇ ਹੋਏ ਨੇ ਟਰੈਕਟਰ ਤਿਆਰ ਕਰਨ। ਅਤੇ ਇਹ ਟਰੈਕਟਰ ਦਾ ਸਾਰਾ ਕੰਮ ਵੀ ਤੁਹਾਨੂੰ ਡਿਟੇਲ ਜਿੱਥੋਂ ਹੀ ਸਟਾਰਟ ਕਰਾਂਗੇ ਅਤੇ ਸਾਰੀ ਗੱਲਬਾਤ ਅੱਗੇ ਤੱਕ ਜਾ ਕੇ। ਬਾਈ ਜੀ, ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ, ਇਹ ਟਰੈਕਟਰ ਕਿਹੜਾ ਮਾਡਲ ਹੈ? ਇਹ ਟਰੈਕਟਰ ਜੀ 1992 ਮਾਡਲ ਹੈ ਜੀ। 1992 ਮਾਡਲ ਟਰੈਕਟਰ ਨੂੰ ਕਿੰਨਾ ਸੋਹਣਾ ਤਿਆਰ ਕੀਤਾ ਗਿਆ। ਇੱਕ ਛੋਟੀ ਜਿਹੀ ਚੀਜ਼ ਹੈ ਕਿ ਬੜੀ ਖੁੱਲ੍ਹੀ ਜਿਹੀ ਸਪੇਸ 'ਤੇ ਹਾਂ ਆਪਾਂ, ਇੱਕ ਛੱਤ ਥੱਲੇ ਥੋੜ੍ਹਾ ਜਿਹਾ ਸ਼ਾਇਦ ਹਵਾ ਦੀ ਆਵਾਜ਼ ਤੁਹਾਨੂੰ ਥੋੜ੍ਹੀ ਜਿਹੀ ਡਿਸਟਰਬ ਕਰੇਗੀ, ਉਹਦੇ ਲਈ ਮੈਂ ਪਹਿਲਾਂ ਮਾਫੀ ਮੰਗਦਾ ਤੁਹਾਡੇ ਤੋਂ। ਅਤੇ ਆਪਾਂ ਗੱਲ ਕਰੀਏ ਕੀ ਕੰਮ ਹੋਇਆ, ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਮੋਟਾ ਮੋਟਾ ਕੰਮ ਕਰੀਏ। ਟਰੈਕਟਰ ਜੀ ਸਾਡੇ ਕੋਲ ਸਿਰਫ ਇੱਕ ਬੋਡੀ ਤੁਸੀਂ ਸਮਝ ਸਕਦੇ ਆਈ ਸੀ, ਇਹਦਾ ਅਸੀਂ ਪੇਂਟ ਦਾ ਕੰਮ, ਇੰਜਨ ਦਾ, ਲਿਫਟ ਦਾ, ਪਾਵਰ ਸਟੀਅਰਿੰਗ, A to Z ਸਾਰਾ ਕੰਮ ਕੀਤਾ ਗਿਆ ਜੀ। 1992 ਮਾਡਲ 1992 ਮਾਡਲ ਜੀ। ਫਰੰਟ ਸਾਈਡ ਤਾਂ ਭਾਜੀ ਬੜੀ ਵਧੀਆ ਵਧੀਆ ਜੀ ਲਾਈਟਿੰਗ ਲੱਗੀ ਮੈਨੂੰ ਨਜ਼ਰ ਆ ਰਹੀ ਹੈ, ਬਹੁਤ ਵਧੀਆ ਲੁੱਕ ਦੇ ਰਹੀ ਹੈ ਫਰੰਟ ਸਾਈਡ 'ਤੇ। ਅਤੇ ਉਸ ਤੋਂ ਬਾਅਦ ਟਰੈਕਟਰ ਦਾ ਕੰਮ ਚੱਲੂ ਹੈ, ਥੋੜ੍ਹਾ ਡਿਟੇਲ 'ਚ ਲਾਈਟਾਂ ਸਾਈਡ 'ਤੇ ਲੱਗੀਆਂ, ਉੱਪਰ ਇੱਕ ਐਕਸਟਰਾ ਅਲੱਗ ਜਿਹੀ ਤਰ੍ਹਾਂ ਦਾ ਇੱਕ ਸਲੰਸਰ ਲੱਗਾ। ਇਹ ਕੰਮ ਆਪਾਂ ਥੋੜ੍ਹਾ ਜਿਹਾ ਬਾਈ ਤਿਆਰ ਕਰ ਦਿੰਦੇ ਹਾਂ ਅਤੇ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਅਗਲੇ ਟਰੈਕਟਰ ਨੂੰ ਜਿਹੜਾ ਬਿਲਕੁਲ ਕੰਪਲੀਟ ਤਿਆਰ ਹੈ, ਉਹਦੇ ਵਿੱਚ ਆਪਾਂ ਡਿਟੇਲ 'ਚ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਭਾਜੀ ਨਾਲ। ਪਹਿਲਾਂ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਬੜਾ ਮਸ਼ਹੂਰ ਨਾਮ ਬੂਟਾ ਗੋਲ, ਇਹ ਵਾਕਈ ਟਰੈਕਟਰਾਂ ਦੇ ਵਿੱਚ ਜਦੋਂ ਟਰੈਕਟਰ ਤਿਆਰ ਕਰਨ ਲਈ ਕੋਈ ਸੋਚਦਾ ਸੀ ਉਦੋਂ ਬਾਈ ਨੇ ਟਰੈਕਟਰ ਤਿਆਰ ਕੀਤਾ ਸੀ। ਇਹ ਪੰਜਾਬ ਦੇ ਵਿੱਚ ਬਹੁਤ ਹੀ ਮਸ਼ਹੂਰ ਨਾਮ ਹੈ ਟਰੈਕਟਰਾਂ ਦੇ ਰਿਲੇਟਿਡ, ਬੂਟਾ ਜੋਲ ਭਾਜੀ ਦਾ। ਵਾਕਈ ਭਾਜੀ ਨੇ ਇੱਕ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਸੀ ਜਿੱਥੋਂ ਭਾਜੀ ਦਾ ਨਾਮ ਇਹਨਾਂ ਬਣਿਆ, ਅਤੇ ਉਹਨਾਂ ਦਾ ਹੀ ਇਹ ਟਰੈਕਟਰ ਆ। ਹਾਂਜੀ, ਬੂਟਾ ਜੋਲ, ਬੂਟਾ ਜੋਲ ਇਹ ਵੀ ਟਰੈਕਟਰ ਅਤੇ ਉਹ ਵੀ ਟਰੈਕਟਰ ਆ। ਟਰੈਕਟਰ ਜੀ ਇੱਕ ਹੋਲੈਂਡ ਹੈ ਜੀ, ਇੱਕ ਬਾਈਲਾਰ ਟਰੈਕਟਰ ਉਹਨਾਂ। ਇਹ ਦੋਨੋਂ ਟਰੈਕਟਰ ਬਾਈ ਦੇ ਇੱਥੇ ਜਿਹੜੇ ਤਿਆਰ ਖੜੇ ਨੇ। ਡਿਟੇਲ 'ਚ ਗੱਲ ਕਰਦੇ ਹਾਂ ਯਾਰ ਬੂਟਾ ਜੋਲ ਭਾਜੀ ਦੇ ਟਰੈਕਟਰ ਬਾਰੇ।
रूट्स लगे ने फ्रंट साइड के उपर उस बबलू कलसी जितो कम हो बबलू कलसी इंजीनियर वर्क तैयार हो रहा ट्रैक्टर नहीं दिखा पाऊंगा इस टाइम लाइटिंग बट एयर इंटेकर बहुत ही यूनीक ही शेप का बहुत ही वधिया लुक का दिता के भाजी ने जरा शेप लुक न होर ज्यादा इनहेंस कर रहा बहुत वधिया लग रहा है। उस तो बाद मैं गल करता दो फुटे टायर भी अपने को अवेलेबल होंगे ने सारे टायर मिलते दो फुटे टायर अवेलेबल ने भाजी को बीकेडी के टायर लगे हुए हैं जिन्हें सब तो अज की डेट से सब तो टॉप की कंपनी के टायर ने। उस तो बाद मैं देख रहा स्पिनर लगा हुआ बहुत वधिया और इस स्पिनर को भी डबल लुक दी है। एक तो जो रिम है उन्होंने पूरा क्रोम किया गया उस तो बाद स्पिनर एक स्टील स्पिनर है जिसका घूमता नहीं जिन्होंने फिक्स किया गया उपर एक घूमन वाला जो स्पिनर जिन्हों सही स्पिनर किया जाता है एक वो लगा अभी यार बहुत ही यूनिक बहुत वधिया काम उन्होंने लगा। आप छोटा जहाँ अपने दोस्तों को आइडिया नहीं कहोंगे कि स्पिनर का क्रोम करने का खर्चा किन्ना पै जाता इसका जी मेरे आपके बजट से भी कह सकते हैं क्रोम भी चंगा भी मिल जाता माड़ा भी क्वालिटी इस टाइप से हो रही है किन्नी रेंज तो स्टार्ट होकर कि रेंज तक पहुँच जाता है सारा ऑफिस। चलो आप बाई मेल गल करके जी सब तो यूनीक गल लगी दो दोनों वर्किंग है दो दो वर्किंग मतलब बड़ा ही मजेदार काम लगा मैंने यार कि दोनों ही पेट को बैठ के दो स्पंसर खड़े किए दोनों वर्किंग के बीच थोड़ा जहाँ कैमरा भी ओवर थोड़ा जहाँ अगर आएगा ये लाइट्स तुम्हें एल ई डी लाइट्स लगिया ने देख सकते हो बहुत वधिया पाइप होरन लगे है प्रेशर होरन जिन्होंने कहा जाता है बहुत ही वधिया और ये अल्टीनेटर भी चेंज किया गया सारा कुछ चेंज स्टेयरिंग दिखाना चाहूँगा कि बहुत ही वधिया लुक का स्टेयरिंग कैबिन देख सकते हो तुसी ए वन कैबिन तैयार होया पूरा जोल भाजी ने अपने नाम की बैजिंग दी है पूरी ता जोल लिखा गया तो दो सबवूफर लगे हैं पिछले म्यूजिक सिस्टम भी तुसी अपडेट देख सकते हो पिछले टायर भी जिहड़े आ रेडियल 1628 दे बीके टी दे पाए गए हैं कोई कॉम्प्रोमाइज़ नहीं किया गया किसी भी चीज़ के नाल जिहड़ा भी काम किया टॉप क्लास एक नंबर काम किया गया दे विच ते वीरे मेरे नूं कहूँगा आप चलीए अगे न्यू होलैंड वाले पासे और भी सब तो पहले मैं गल करता वा जिहड़े आप दो फुटे टायरों बारे तो स्पिनर लगा तुसी देख सकते हो स्पिनर पूरा वर्किंग दे विच है इहदे विच भी दो सलंसर लगे है ट्रेलर दे विच तुसी इहदा शॉट देख चुके होवोगे जिहड़े उपर दो गोलियां वास्ते वो बने आ घूमते हुए बहुत प्यारे लगते हैं रियलिटी वर्क करते हैं। मैं ट्रेलर दे विच इहदा शॉट एक दे दिता है तुसी जरूर जाके देखियो पर इहदे विच जिहड़ा मैं देख सकदा एयर इंटेकर एक अलग तरह का लगा ये भी मेरे स्टील का असीं तैयार किया एयर कलेंडर एयर इंडेकर भाजी यार हर ट्रैक्टर नूं वखरा तरह का एक वखरी लुक दिंदा बहुत ही वधिया ते इहदा मैं बंपर भी देख रहा थोड़ा जिहा एक्सटेंड करके लगा होया असीं जी दो तरह के बनाए हुए एक तो यह एक इहदे विच एलईडी लगी हुई है जी ये लै जांदा ओके जी एलईडी दे विच सारी डिस्प्ले चलदी है ते भाजी बहुत ही वधिया काम इहदे विच भी दो हैडलाइट्स इधर दित्ती गईआं इहदी लुक नूं काफ़ी इनहेंस कर रही हैं तुसीं कमेंट करके जरूर दसना यार तुहानूं किद्दां दा लगा ते दो ही सलंसर इहदे विच भी भाजी दोनों वर्किंग है मैं तुहानूं ट्रेलर च शॉट भी दिता है लाइव दिखाया गया इहदे विच कि दोनों अपना वर्किंग जो है सलंसर के उपर तुसी देख सकते हो लाइट्स लगियां ने हुड दे विच इहदे कैबिन नहीं बनाया इहदे विच हुड बड़ी सैक्सी तो बहुत ही वधिया लुक च दित्ती गई है जिहदे विच उपर लाइटिंग की गई है
ਜਿਹਨੂੰ ਭਾਜੀ ਪ੍ਰੋਜੈਕਟਰ ਲਾਈਟਸ ਕਿਹਾ ਜਾਂਦਾ। ਹਾਂਜੀ ਪ੍ਰੋਜੈਕਟਰ, ਇਹ ਉੱਪਰ ਪ੍ਰੋਜੈਕਟਰ ਲਾਈਟਸ ਦਿੱਤੀਆਂ ਗਈਆਂ ਨੇ ਜਿਹੜੇ ਆ ਵੱਡੇ, ਤੁਸੀਂ ਕਰੋਮ ਵਾਲੇ ਮਿਰਰ ਦੇਖ ਸਕਦੇ ਹੋ, ਸਾਈਡ ਮਿਰਰ ਜਿਹਨਾਂ ਨੂੰ ਕਿਹਾ ਜਾਂਦਾ, ਕਰੋਮ ਵਾਲੇ ਨੇ, ਬਹੁਤ ਹੀ ਵਧੀਆ ਲੁੱਕ ਦੇ ਵਿੱਚ। ਤੇ ਸਟੀਅਰਿੰਗ ਦਾ ਇਹਦੇ ਵਿੱਚ ਯਾਰ ਦਿੱਲੀ ਲੁੱਟ ਲਿਆ ਮੇਰਾ, ਜਿੰਨਾ ਕੁ ਮਤਲਬ ਸੋਹਣਾ ਸਟੀਅਰਿੰਗ ਲਗਾਇਆ ਇਹਦੇ ਵਿੱਚ ਭਾਜੀ, ਸਪਿਨਰ ਵਾਲਾ ਸਟੀਅਰਿੰਗ। ਹਾਂਜੀ ਸਪਿਨਰ, ਇਹਦੇ ਵਿੱਚ ਵੀ ਭਾਜੀ ਨੇ ਸਪਿਨਰ ਲਗਾ ਰੱਖਿਆ, ਬਹੁਤ ਹੀ ਮਜ਼ੇਦਾਰ ਯਾਰ, ਬਹੁਤ ਵਧੀਆ ਲੱਗਾ ਮੈਨੂੰ। ਫਰੰਟ ਸਾਈਡ ਤੇ ਤੁਸੀਂ ਇਹਦੇ ਵੀ ਸਪਿਨਰ ਦੇਖ ਸਕਦੇ ਹੋ, ਬੈਕ ਸਾਈਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਯਾਰ, ਇੱਕ ਸਪਿਨਰ, ਇੱਕ ਇਹ ਸਪਿਨਰ, ਇਹਦੇ ਵਿੱਚ ਡਬਲ ਲੁੱਕ ਦੇ ਵਿੱਚ ਇਹ ਤੁਹਾਨੂੰ ਸਪਿਨਰ ਨਜ਼ਰ ਆ ਰਿਹਾ ਹੋਏਗਾ। ਬੈਕ ਸਾਈਡ ਪੂਰਾ ਟਰੈਕਟਰ ਦਾ ਬੈਕ ਰਿਮ ਜਿਹੜਾ ਕਰੋਮ ਦੇ ਵਿੱਚ ਦਿੱਤਾ ਗਿਆ, ਬਹੁਤ ਹੀ ਵਧੀਆ ਲੁੱਕ ਦੇ ਵਿੱਚ। ਤੇ ਲਾਈਟਿੰਗ ਦੇਖ ਸਕਦੇ ਹੋ ਤੁਸੀਂ, ਇਹ ਵੀ ਸਾਰੀਆਂ ਲਾਈਟਸ ਚੱਲਦੀਆਂ ਨੇ। ਭਾਜੀ ਵੀਰੇ ਨੂੰ ਮੈਂ ਇੱਕ ਵਾਰੀ ਰਿਕੁਐਸਟ ਕਰਾਂਗਾ, ਆਪਾਂ ਇਸ ਟਰੈਕਟਰ ਜਾਂ ਉਸ ਟਰੈਕਟਰ ਨੂੰ ਓਨ ਕਰਕੇ ਇੱਕ ਵਾਰੀ ਲਾਈਟਸ ਜ਼ਰੂਰ ਦੇਖਦੇ ਹਾਂ, ਤੇ ਆਪਾਂ ਦੋਨੋਂ ਲਾਈਟਸ ਇੱਕ ਵਾਰੀ ਮੈਂਸ਼ਨ ਕਰਦੇ ਹਾਂ। ਤੇ ਜਿਹੜੀਆਂ ਪੇਟੀਆਂ ਪਿੱਛੇ ਬਣਾਈਆਂ ਗਈਆਂ ਨੇ ਨਾ ਮਿਊਜ਼ਿਕ ਸਿਸਟਮ ਵਾਸਤੇ, ਉਹ ਵੀ ਫੁੱਲ ਕਰੋਮ ਦੇ ਵਿੱਚ, ਦੋਵਾਂ ਦੀ ਕਰੋਮ ਕੀਤੀ ਹੋਈ ਹੈ, ਏ ਟੂ ਜ਼ੈਡ ਕਰੋਮ, ਇਹਦਾ ਪਾਈਪ ਵੀ ਕਰੋਮ ਕੀਤਾ ਹੋਇਆ ਜੀ ਸਾਰਾ। ਇਹ ਤੁਸੀਂ ਦੇਖ ਸਕਦੇ ਹੋ ਜਿਹਦੇ ਤੇ ਪੇਟੀ ਟਿੱਕੀ ਹੈ, ਬਲੈਕ ਨਹੀਂ ਹੈ, ਇਹ ਵੀ ਸਾਰਾ ਕਰੋਮ ਹੈ। ਪੂਰੀ ਰੀਝ ਦੇ ਨਾਲ ਪੂਰਾ ਟਰੈਕਟਰ ਐਨ ਦਿਲੋਂ ਸ਼ੌਂਕ ਦੇ ਨਾਲ ਬੂਟਾ ਜੋਲ ਭਾਜੀ ਨੇ ਤਿਆਰ ਕੀਤਾ ਯਾਰ, ਦਿਲ ਖੁਸ਼ ਹੋ ਗਿਆ ਭਾਜੀ ਦਾ ਟਰੈਕਟਰ ਦੇਖ ਕੇ, ਤੇ ਭਾਜੀ ਨੇ ਜਿਨ੍ਹਾਂ ਨੇ ਤਿਆਰ ਕੀਤਾ ਉਹਨਾਂ ਦਾ ਕੰਮ ਦੇਖ ਕੇ, ਬਹੁਤ ਮਜ਼ੇਦਾਰ। ਤੇ ਆਪਾਂ ਇੱਕ ਵਾਰੀ ਦੋਨਾਂ ਦੀਆਂ ਲਾਈਟਸ ਔਨ ਕਰਦੇ ਹਾਂ ਤੇ ਦੋਨਾਂ ਦੀਆਂ ਲਾਈਟਸ ਦੇਖਦੇ ਹਾਂ ਭਾਜੀ ਕਿੱਦਾਂ ਔਨ ਹੁੰਦੀਆਂ ਤੇ ਕਿੱਦਾਂ ਦੀ ਲੁੱਕ ਦਿੰਦੀਆਂ ਨੇ। ਤੇ ਲਾਈਟ ਔਨ ਹੋ ਗਈਆਂ ਵੀਰੇ, ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਤੋਂ, ਮੈਂ ਕਹੂੰਗਾ ਫਰੰਟ ਲਾਈਟ ਜਿਹੜੀਆਂ ਜਿਹਨੂੰ ਪ੍ਰੋਜੈਕਟਰ ਕਿਹਾ ਜਾਂਦਾ ਉਹ ਵੀ ਔਨ ਹੈ, ਹੈੱਡ ਲਾਈਟਸ ਬਹੁਤ ਵਧੀਆ, ਤੁਸੀਂ ਇਹਦੇ 'ਤੇ ਦੇਖ ਸਕਦੇ ਹੋ ਰਿੰਗ ਇੱਕ ਲਾਈਟ ਚੱਲ ਰਹੀ ਆ, ਬਹੁਤ ਵਧੀਆ ਲੱਗ ਰਹੀ ਹੈ, ਟਾਇਰ ਲਾਈਟਸ ਵੀ ਲੱਗੀਆਂ ਨੇ, ਇਹਦੇ ਅੰਦਰ ਵੀ ਲਾਈਟਸ ਲੱਗੀਆਂ ਨੇ, ਬਹੁਤ ਹੀ ਵਧੀਆ ਲੁੱਕ ਦੇ ਵਿੱਚ, ਮਜ਼ਾ ਆ ਗਿਆ ਟਰੈਕਟਰ ਦੇਖ ਕੇ ਯਾਰ। ਤੇ ਉਸ ਤੋਂ ਬਾਅਦ ਅੱਗੇ ਗੱਲ ਕਰਾਂ ਜਿਹੜੀ ਹੈ ਸਾਈਡ ਦੇ ਉੱਤੇ ਇੰਡੀਕੇਟਰ ਦੇ ਨਾਲ ਮੈਟ੍ਰਿਕਸ ਦੇ ਵਿੱਚ ਰਨ ਹੋ ਰਹੀਆਂ ਲਾਈਟਸ, ਬਹੁਤ ਵਧੀਆ ਲੱਗ ਰਹੀਆਂ, ਟ੍ਰਾਈ ਕਲਰ ਦੇ ਵਿੱਚ ਲਾਈਟ ਹੈ, ਔਰੇਂਜ ਬਲੂ ਤੇ ਵਾਈਟ, ਬਹੁਤ ਵਧੀਆ ਲੱਗ ਰਹੀਆਂ, ਇਹ ਵੀ ਦੇਖ ਸਕਦੇ ਹੋ ਤੁਸੀਂ। ਤੇ ਹੁੱਡ ਦੇ ਵਿੱਚ ਜਿਹੜੀ ਲਾਈਟ ਵਾਈਟ ਰਨ ਹੋ ਰਹੀ ਹੈ, ਵਾਈਟ ਲਾਈਟ ਚੱਲ ਰਹੀ ਹੈ, ਬਹੁਤ ਹੀ ਵਧੀਆ ਲੱਗ ਰਹੀ ਹੈ, ਬਹੁਤ ਮਜ਼ੇਦਾਰ। ਤੇ ਇੱਦਾਂ ਹੀ ਸੇਮ ਮੈਂ ਰਾਈਟ ਸਾਈਡ ਵਾਲੇ ਟਰੈਕਟਰ ਤੇ ਗੱਲ ਕਰਾਂਗਾ, ਜਿਹੜਾ ਹਿੰਦੁਸਤਾਨ 50, ਉਹ ਵੀ ਇਦਾਂ ਹੀ ਬਿਲਕੁਲ ਲਾਈਟਾਂ ਨਾਲ ਭਰਿਆ ਹੋਇਆ, ਬਹੁਤ ਹੀ ਮਜ਼ੇਦਾਰ। ਬੱਬੂ ਕਲਸੀ ਦੀ ਬੈਟਿੰਗ ਦੇ ਵਿੱਚ ਗ੍ਰੀਨ ਕਲਰ ਦੀ ਲਾਈਟ ਇੱਧਰ ਚੱਲ ਰਹੀ ਹੈ, ਹੈਡਲਾਈਟ ਔਨ ਹੈ, ਇਹ ਥੋੜਾ ਜਿਹਾ ਮੈਂ ਨੀਵ ਕਰੂੰਗਾ ਅੱਗੇ ਆਉਣ ਲਈ, ਜਿਹਦੇ ਵਿੱਚ ਐਲਈਡੀ ਲਾਈਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਵਧੀਆ ਬਣਾ ਰਹੀ ਹੈ। ਉੱਪਰ ਪ੍ਰੋਜੈਕਟਰ ਲਾਈਟ ਜਿਹੜੀਆਂ ਹੁੱਕ ਦੇ ਉੱਤੇ, ਕੈਬਿਨ ਦੇ ਵਿੱਚ ਜਿਹੜਾ ਬੂਟਾ ਜੋਲ ਭਾਜੀ ਨੇ ਆਪਣੇ ਨਾਮ ਦੀ ਬੈਟਿੰਗ ਦਿੱਤੀ ਗਈ ਹੈ, ਉਹਨਾਂ ਦੀ ਉਹ ਵੀ ਲਾਈਟ ਦੇ ਵਿੱਚ ਹੀ ਸ਼ੋਅ ਕਰ ਰਹੀ ਹੈ ਪੂਰੀ। ਤੇ ਹੁੱਕ ਦੇ ਵਿੱਚ ਜਿਹੜੀ ਲਾਈਟ ਲੱਗੀ ਹੈ, ਇੱਕ ਵਾਰੀ ਮੈਂ ਥੋੜਾ ਜਿਹਾ ਕਹੂੰਗਾ ਮੇਰੇ ਵੀਰ ਨੂੰ ਨੇੜੇ ਆ ਕੇ ਦਿਖਾਏਗਾ, ਜਿਹੜੀ ਹੁੱਕ ਦੇ ਵਿੱਚ ਲਾਈਟ ਲੱਗੀ ਆ ਉਹ ਵੀ ਬਹੁਤ ਪਿਆਰੀ ਲੱਗ ਰਹੀ ਹੈ। ਥੋੜਾ ਜਿਹਾ ਡੇ ਦਾ ਟਾਈਮ ਹੈ ਤੇ ਮਾਈਂਡ ਨਾ ਕਰਿਓ ਜੇ ਬਹੁਤੀ ਜ਼ਿਆਦਾ ਕਲੀਅਰ ਲਾਈਟ ਨਾ ਦਿਖੇ, ਕਿਉਂਕਿ ਡੇ ਟਾਈਮ ਹੈ ਤੇ ਇਸ ਕਰਕੇ ਲਾਈਟ ਦੀ ਜ਼ਿਆਦਾ ਰਿਫਲੈਕਸ਼ਨ ਨਹੀਂ ਆ ਰਹੀ ਹੋਏਗੀ, ਬਟ ਲਾਈਟ ਔਨ ਤੁਹਾਨੂੰ ਸਾਰਿਆਂ ਨੂੰ ਦਿਖ ਰਹੀ ਹੋਏਗੀ। ਬਹੁਤ ਮਜ਼ੇਦਾਰ ਟਰੈਕਟਰ ਲੱਗਾ ਯਾਰ ਮੈਨੂੰ, ਤੇ ਬਾਕੀ ਗੱਲਬਾਤ ਭਾਜੀ ਨਾਲ ਫੇਰ ਕਰਦੇ ਹਾਂ ਕੰਟੀਨਿਊ। ਤੇ ਵੀਰੇ ਯਾਰ ਆਪਾਂ ਮੋਡੀਫਾਈ ਕੀਤੇ ਹੋਏ ਟਰੈਕਟਰ ਅੰਦਰ ਦਿਖਾ ਦਿੱਤੇ ਆ ਯਾਰ, ਬਹੁਤ ਵਧੀਆ ਲੱਗੇ, ਮਜ਼ਾ ਆ ਗਿਆ ਯਾਰ ਟਰੈਕਟਰ ਦਾ ਕੰਮ ਦੇਖ ਕੇ, ਬੜਾ ਯੂਨੀਕ ਜਿਹਾ ਕੰਮ ਸੀਗਾ। ਮੈਂ ਇੱਕ ਵਾਰੀ ਫਿਰ ਰਿਕੁਐਸਟ ਕਰਦਾ ਕਿ ਜੀ ਅੰਦਰ ਥੋੜਾ ਜਿਹਾ ਸਾਊਂਡ ਡਿਸਟਰਬ ਕਰਦਾ ਹੋਏਗਾ ਨਾ ਯਾਰ, ਤਾਂ ਪਲੀਜ਼ ਮਾਈਂਡ ਨਾ ਕਰਿਓ, ਕਿਉਂਕਿ ਆਪਾਂ ਇੱਕ ਖੁੱਲੀ ਜਿਹੀ ਸਪੇਸ 'ਤੇ ਸੀਗੇ ਜਿੱਥੇ ਥੋੜੀ ਜਿਹੀ ਗੂੰਜ ਰਹੀ ਸੀ ਆਵਾਜ਼, ਅਤੇ ਪੱਖੇ ਵੀ ਬਹੁਤ ਵੱਡੇ ਫਰਾਰੇ ਲੱਗੇ ਸੀਗੇ ਜਿਨ੍ਹਾਂ ਦੀ ਆਵਾਜ਼ ਥੋੜੀ ਜਿਹੀ ਡਿਸਟਰਬ ਕਰਦੀ ਹੋਊਗੀ, ਗਰਮੀ ਬਹੁਤ ਹੈ ਅਤੇ ਮੁੰਡੇ ਅੰਦਰ ਕੰਮ ਕਰ ਰਹੇ ਸੀ ਇਸ ਕਰਕੇ। ਅਤੇ ਇੱਕ ਮੈਂ ਵੀਰੇ ਬੈਕ ਸਾਈਡ ਤਾਂ ਸਾਰੇ ਆਪਣੇ ਦੇਖ ਰਿਹਾ ਵਾਂ ਕਿ ਜਿਹੜੀਆਂ ਤੁਸੀਂ ਫਾਈਬਰ ਹੁੱਕਸ, ਅਤੇ ਸਭ ਤੋਂ ਪਹਿਲੇ ਤਿਆਰ ਵੀ ਤੁਸੀਂ ਕੀਤੀਆਂ, ਤੁਸੀਂ ਜਿੱਦਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਫਾਈਬਰ ਹੁੱਡ ਆਪਾਂ ਤਿਆਰ ਕੀਤੀ ਹੈ ਜੀ, ਤੇ ਆਪਣੇ ਕੋਲ ਇਸ ਟਾਈਮ ਵੀ 26 ਤਰ੍ਹਾਂ ਦੇ ਮਾਡਲ ਡਿਸਪਲੇ ਤੇ ਲੱਗੇ ਹੋਏ ਆ। ਤੇ ਆਪਾਂ ਪਹਿਲੇ ਮਾਡਲ ਦੇ ਦਿਖਾਉਂਦੇ ਆ ਨਾਲ ਤੇ ਥੋੜੀ ਜੀ ਗੱਲਬਾਤ ਇਹਦੇ 'ਚ ਵੀ ਕਰਦੇ ਆ, ਵੀਡੀਓ ਥੋੜੀ ਜੀ ਲੰਬੀ ਹੋਏਗੀ ਬਟ ਪੂਰੀ ਜ਼ਰੂਰ ਦੇਖਿਓ, ਕਿਉਂਕਿ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਕਲੈਕਟ ਕੀਤੀ ਹੈ। ਜਿੱਦਾਂ ਮੈਂ ਗੱਲ ਕਰ ਰਿਹਾ ਟਰੈਕਟਰ ਦੇ ਨਾਮ ਲਿਖੇ, ਅਰਜੁਨ, ਪ੍ਰੀਤ, ਨਿਊ ਹੋਲੈਂਡ, ਇੱਦਾਂ ਹੀ ਮੈਂ ਅੱਗੇ ਚਲਾ ਜਾਵਾਂ ਜੌਨ ਡੇਅਰ, ਤੇ ਹਰ ਟਰੈਕਟਰ ਦੀ ਫਾਈਬਰ ਵੁੱਡ ਆਪਣੇ ਕੋਲ ਮਿਲ ਜਾਂਦੀ ਹੈ, ਸਾਰੇ ਟਰੈਕਟਰਾਂ ਦੀ, ਇਹਨਾਂ ਦੇ ਤੁਸੀਂ ਨਾਂ ਨਾ ਦੇਖੋ, ਇਹ ਡੈਮੋ ਆ ਸਿਰਫ, ਇਹ ਸਿਰਫ ਡੈਮੋ ਆ, ਇਹ ਸਾਰੇ ਟਰੈਕਟਰਾਂ ਦੇ ਲੱਗ ਜਾਣਗੇ, ਅਸੀਂ ਡੈਮੋ ਦੀ ਤਰ੍ਹਾਂ ਰੱਖੇ ਆ, ਇਹੀ ਫਾਈਬਰ ਹਸਵਰਾਜ ਦੇ ਲੱਗ ਜੂ, ਇਹੀ ਲੱਗ ਜੂਗੀ ਉਹਦੇ ਅਰਜੁਨ ਦੇ, ਮਤਲਬ ਕਿਸੇ ਵੀ ਟਰੈਕਟਰ ਨੂੰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਾਈਬਰ ਹੁੱਡ ਲਵਾਉਣਾ ਚਾਹੁੰਦੇ ਹੋ ਤਾਂ ਉਹ ਲੱਗ ਜਾਂਦੀ ਹੈ। ਵੀਰੇ ਹਰੀ ਇੱਕ ਅੰਦਰ ਪੱਖੇ ਲੱਗੇ ਦੇਖ ਸਕਦੇ, ਇਸ ਤੋਂ ਇਲਾਵਾ ਅੰਦਰ ਡਾਊਨ ਸੀਲਿੰਗ ਵੀ ਕਰ ਦਿੰਦੇ ਆ, ਸਾਰਾ ਕੁਝ ਬਹੁਤ ਸੋਹਣੀ ਡਾਊਨ ਸੀਲਿੰਗ ਕਰਦੇ ਆ। ਬਹੁਤ ਮਜ਼ਾ ਆਇਆ ਮੈਨੂੰ ਟਰੈਕਟਰਾਂ ਦੇ ਪਾਰਟਸ ਦੇਖ ਕੇ, ਟਰੈਕਟਰਾਂ ਦਾ ਕੰਮ ਦੇਖ ਕੇ, ਸਾਰੇ ਵੇਟ ਤਿਆਰ ਪਏ ਆ, ਜਿਹੜੇ ਚੱਕਿਆਂ ਤੇ ਮਗਰਲੇ ਚੱਕਿਆਂ ਤੇ ਵੇਟ ਲੱਗਦੇ ਆ ਉਹ ਵੀ ਸਭ ਤਿਆਰ ਪਏ ਆ ਵੀਰ ਤੋਂ, ਬੰਪਰ ਵੇਟਸ ਵੀ ਤਿਆਰ ਪਏ ਨੇ ਸਾਰੇ, ਬਹੁਤ ਹੀ ਵਧੀਆ ਕੰਮ ਲੱਗਾ ਯਾਰ, ਮਜ਼ਾ ਆ ਗਿਆ। ਤੇ ਲਾਈਟਾਂ ਵਾਲੀ ਹੁੱਡ ਵੀ ਤੁਸੀਂ ਦੇਖ ਸਕਦੇ ਹੋ, ਫੁੱਲ ਲਾਈਟਾਂ ਨਾਲ ਭਰੀ ਹੋਈ, ਬਹੁਤ ਮਜ਼ੇਦਾਰ, ਜਿੱਦਾਂ ਦੀ ਕਿਸੇ ਦੀ ਚੁਆਇਸ ਆ ਉਦਾਂ ਦਾ ਵੀਰਾ ਕੰਮ ਕਰਕੇ ਦੇਗਾ ਤੁਹਾਨੂੰ। ਤੇ ਯਾਰ ਵੀਰੇ ਬਹੁਤ ਬਹੁਤ ਥੈਂਕਸ, ਤੁਸੀਂ ਸਾਡੇ ਲਈ ਟਾਈਮ ਕੱਢਿਆ ਯਾਰ, ਤੇ ਸਾਡੇ
तो वीरा बहुत वधिया काम करके देगा। तो बाकी रेट की करने है किदा काम करना वो तुसी आप गल कर सकते हो मेरे भरा नाल। तो यार बहुत वधिया लगा इन्हां नाल मिलके। तो अज की इन्फॉर्मेशन इत्थे करते हैं खत्म। कल एक नवी वीडियो फिर लैके तुहानू मिलांगे। यार इदां ही अपना प्यार दिंदे रहना, चैनल नू सबसक्राइब करना ना भुलना। इंस्टाग्राम आई डी नीचे मैनशन हो रही है मेरी, जरूर जाके कर लो फॉलो। प्यार अपना इदां ही दिंदे रहना। थैंक्स फॉर वॉचिंग, मिलते हैं कल फिर नवी वीडियो के नाल।